ਬੱਬੂ ਮਾਨ ਨਾਲ ਰਚੀ ਗਈ ਇੱਕ ਬਹੁਤ ਵੱਡੀ ਸਾਜ਼ਿਸ਼, ਜਿਹਦੇ ਬਾਰੇ ਮੈਂ ਖੁਲਾਸਾ ਕਰੂੰਗਾ। ਪਹਿਲੀ ਗੱਲ, ਜਿਹੜੇ ਬੱਬੂ ਮਾਨ ਦੇ ਫੈਨ ਆ ਜਾਂ ਨਹੀਂ ਵੀ ਫੈਨ, ਸਾਰੇ ਸੁਣਿਓ। ਬੱਬੂ ਮਾਨ ਨੇ ਸ਼ੋਅ ਲਾਉਣ ਜਾਣਾ ਸੀਗਾ ਆਸਟ੍ਰੇਲੀਆ, ਤੇ ਮੈਲਬੌਰਨ ਵੀ ਉਹਨਾਂ ਦਾ ਸ਼ੋਅ ਸੀ, ਪਰਥ ਵੀ ਆਉਣਾ ਆ। ਕਹਿੰਦੇ ਕੁਝ ਲੋਕਾਂ ਨੇ 50 ਦੇ ਕਰੀਬ ਚਿੱਠੀਆਂ ਪਾਤੀਆਂ ਆਸਟ੍ਰੇਲੀਅਨ ਅੰਬੈਸੀ ਨੂੰ ਕਿ ਬੱਬੂ ਮਾਨ ਆਸਟ੍ਰੇਲੀਆ ਨਾ ਪਹੁੰਚ ਸਕੇ। ਯਾਰ ਹੱਦ ਦੀ ਗੱਲ ਆ, ਕਿੱਡਾ ਘਟੀਆ ਤੇ ਕਮੀਨਾ ਪਨ ਆ ਕਿ ਇੱਕ ਸਿੰਗਰ ਗਾਉਣ ਹੀ ਨਾ ਜਾ ਪਹੁੰਚੇ ਉੱਥੇ। ਇਹ ਕਿਹੜੇ ਕੰਮਾਂ ਚੋਂ ਕੰਮ ਆ? ਤੁਹਾਡੀ ਲੱਗਦੀ ਆ ਤੁਹਾਡੀ, ਤੁਹਾਨੂੰ ਨਹੀਂ ਪਸੰਦ, ਤੁਸੀਂ ਉਹਦੇ ਸ਼ੋਅ ਸੁਣਨ ਨਾ ਜਾਓ ਯਾਰ। ਉਹ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦਾ, ਉਹਨੂੰ 20-22 ਸਾਲ ਨਹੀਂ, ਉਹਨੂੰ 24-25-30 ਸਾਲ ਹੋ ਚੱਲੇ ਆ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਨੂੰ। ਹਨਾ, ਗੱਲ ਇਹ ਆ ਵੀ ਅਸੀਂ ਜੋ ਕਹਿੰਦੇ ਆ ਉਹ ਕਹੇ, ਹੁਣ ਜੋ ਤੁਸੀਂ ਕਹਿੰਦੇ ਹੋ ਹਰ ਇੱਕ ਬੰਦਾ ਨਹੀਂ ਵੀ ਕਹਿ ਸਕਦਾ, ਸਭ ਦੀ ਆਪੋ ਆਪਣੀ ਸੋਚ ਆ ਭਾਈ, ਹਨਾ, ਆਪੋ ਆਪਣੇ ਵਿਚਾਰ ਹੁੰਦੇ ਆ। ਕਹਿਣ ਦਾ ਮਤਲਬ ਕੁਝ ਲੋਕ ਇਹ ਚਾਹੁੰਦੇ ਕਿ ਬੱਬੂ ਮਾਨ ਸਾਡੇ ਕਹੇ ਤੇ ਚੱਲੇ, ਸਾਡੀਆਂ ਤਲੀਆਂ ਤੇ ਨੱਚੇ। ਕਿਉਂ ਭਾਈ ਨੱਚੇ? ਤੁਸੀਂ ਜੋ ਕਹੋਗੇ ਉਹ ਕਰੇ ਹੈ, ਕਿਆ ਗੱਲ? ਤੁਹਾਡੇ ਵਰਗੇ ਲੋਕ ਬਾਅਦ ਚ ਆਪ ਹੀ ਫਸਾ ਦਿੰਦੇ ਹੁੰਦੇ ਆ। ਜੋ ਤੁਸੀਂ ਚਾਹੁੰਦੇ ਆ ਨਾ ਵੀ ਬੱਬੂ ਮਾਨ ਕਰੇ, ਉਹ ਕੰਮ ਬੱਬੂ ਮਾਨ ਦੇ ਸ਼ਾਇਦ ਦਿਲ ਦੇ ਵਿੱਚ ਹੈਗਾ ਆ। ਜੋ ਬੱਬੂ ਮਾਨ ਆ ਉਹ ਬੱਬੂ ਮਾਨ ਹੀ ਆ। ਇਸ ਗੱਲੋ ਮੇਰੀਆਂ ਵੀਡੀਓ ਦੇਖ ਲਓ, ਮੈਂ ਬੱਬੂ ਮਾਨ ਦੇ ਜਿੱਥੇ ਕਈ ਕਮੀਆਂ ਕਾਮੀਆਂ ਉੱਤੇ ਆਪਾਂ ਕਹੀਦਾ, ਪਰ ਇੱਥੇ ਸਰਾਸਰ ਬੱਬੂ ਮਾਨ ਦੇ ਨਾਲ ਇੱਕ ਚਾਲ ਖੇਡੀ ਗਈ ਇਹਨਾਂ ਲੋਕਾਂ ਵੱਲੋਂ ਬੱਬੂ ਮਾਨ ਨੂੰ ਡਾਊਨ ਕਰਨ ਲਈ, ਕਿ ਬੱਬੂ ਮਾਨ ਦੇ ਸ਼ੋਅ ਹੀ ਨਾ ਲੱਗਣ। ਫਿਰ ਉਹ ਵੀ ਤੁਹਾਡਾ ਫੁੱਫੜਵਾ ਪਹੁੰਚ ਗਿਆ ਉੱਥੇ, ਰੋਕ ਲਿਆ। ਕਮ ਸੇ ਕਮ ਯਾਰ ਸ਼ਰਮ ਤਾਂ ਕਰੋ, ਕਿੱਡਾ ਵੱਡਾ ਫਨਕਾਰ, ਕਿੱਡਾ ਵੱਡਾ ਸਿੰਗਰ ਵਾ। ਜੇ ਮੈਂ ਉਹਦੀਆਂ ਉਪਲਬਧੀਆਂ ਹੁਣ ਮੈਂ ਗਣਾਉਂਗਾ ਤੁਹਾਨੂੰ, ਮੋਰੇ ਮਾਰਦੇ ਆ ਗੱਲਾਂ। ਗੱਲ ਇਹ ਆ, ਬੱਬੂ ਮਾਨ ਨੇ ਬਹੁਤੇ ਰੌਲੇ ਨਹੀਂ ਸੀ ਪਾਏ ਪਏ, ਮੈਨੂੰ ਆਹ ਮਿਲ ਗਿਆ, ਮੈਨੂੰ ਆਹ ਅਵਾਰਡ ਮਿਲ ਗਿਆ, ਮੈਨੂੰ ਇਹ ਹੋ ਗਿਆ, ਬਹੁਤ ਹੋ ਗਿਆ। ਉਹ ਬੰਦੇ ਦਾ ਕੰਮ ਸੀ ਆ ਕੇ ਸਟੇਜ ਤੇ ਗਾਇਆ, ਸਟੇਜ ਤੋਂ ਗਾ ਕੇ ਜਾ ਕੇ ਮੋਟਰ ਤੇ ਬਹਿ ਗਿਆ, ਸਿੱਧਾ ਤੇ ਸਪਸ਼ਟ ਬੰਦਾ ਸੀ। ਤੇ ਨਾ ਹੀ ਉਹਨੇ ਵੀਡੀਓ ਪਾ ਕੇ ਇਹ ਦੱਸਿਆ ਵੀ ਮੈਂ ਮੋਟਰ ਤੇ ਬੈਠਾ ਆ ਭਾਈ, ਹੁਣ ਏਦਾਂ ਉਦਾਂ। ਕਹਿਣ ਦਾ ਮਤਲਬ ਤੁਸੀਂ ਉਹਨੂੰ ਰੋਕ ਲਿਆ, ਉਹਦੇ ਸ਼ੋਅ ਰੋਕ ਲਿਆ, ਨਹੀਂ ਰੁਕਿਆ ਨਾ ਉਹ ਯਾਰ, ਉਹਦਾ ਚੰਗਾ ਵਿਵਹਾਰ, ਉਹਦਾ ਚੰਗਾਪਨ ਉਹਨੂੰ ਅੱਗੇ ਲੈ ਗਿਆ। ਉਹਨੇ ਇੱਕ ਸੰਸਥਾ ਬਣਾਈ ਉਹ ਕਿਸਾਨਾਂ ਦੇ ਕਰਜ਼ਿਆਂ ਲਈ, ਉੱਥੋਂ ਉਹ ਪੈਸੇ ਦੇਣ ਦਾ ਪੱਲੇ, ਕਿਸੇ ਦਾ ਗਰੀਬ ਬੱਚੇ ਦੀ ਪੜ੍ਹਾਈ ਨਹੀਂ ਆ, ਪਿੱਛੇ ਜੇ ਨੇਤਰਹੀਣ ਬੱਚੇ ਤੇ ਉਹਨਾਂ ਦੀ ਪੜ੍ਹਾਈ ਦਾ ਖਰਚਾ। ਉਹ ਕਹਿੰਦਾ ਜੇ ਅੱਖਾਂ ਵੀ ਠੀਕ ਹੁੰਦੀਆਂ ਯਾਰ, ਇਹਨਾਂ ਦੀਆਂ ਅੱਖਾਂ ਵੀ ਹੋ ਜਾਣ, ਮੈਂ ਲਾਉਣਾ ਪੈਸੇ ਹਰ ਥੈ ਬੰਦਾ। ਜਿੱਥੇ ਪੰਜਾਬ ਦੀ ਗੱਲ ਹੁੰਦੀ ਆ, ਬੱਬੂ ਮਾਨ ਪਹਿਲਾਂ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲਾਉਣ ਵਾਲਾ ਯਾਰ ਬੱਬੂ ਮਾਨ, ਤੁਸੀਂ ਗੱਲਾਂ ਮਾਰਦੇ ਫਿਰਦੇ ਆ, ਅੱਜ ਤੁਸੀਂ ਬੱਬੂ ਮਾਨ ਨੂੰ ਆ ਨਾਮ ਦਿੰਦੇ ਆ। ਉਹਨੇ ਪੰਜਾਬ, ਮੈਂ ਕਹੀ ਜਾਣਾ ਪੰਜਾਬੀ ਤੋਂ ਬਗੈਰ ਉਹਨੇ ਕਿਸੇ ਹੋਰ ਦੀ ਗੱਲ, ਤੇ ਤੁਸੀਂ ਚਿੱਠੀਆਂ 50-100 ਦੇ ਕਰੀਬ ਚਿੱਠੀਆਂ ਪਾਤੀਆਂ, ਸ਼ਰਮ ਨਹੀਂ ਆਈ ਜਿਹਨਾਂ ਨੇ ਚਿੱਠੀਆਂ ਪਾਈਆਂ ਕਿ ਬੱਬੂ ਮਾਨ ਨੂੰ ਇੱਥੇ ਐਂਟਰ ਨਾ ਆਉਣ ਦਿੱਤਾ ਜਾਵੇ, ਇਹਦੇ ਇੱਥੇ ਪ੍ਰੋਗਰਾਮ, ਇਹਦੇ ਸ਼ੋਅ ਨਾ ਲੱਗਣ ਦਿੱਤੇ ਜਾਣ, ਇੱਥੇ ਖੱਜਲ ਖਵਾਰ ਹੋਊਗਾ, ਇੱਥੇ ਲੜਾਈ ਝਗੜੇ ਹੋਣਗੇ, ਐ ਹੋਣਗੇ, ਆ ਹੋਣਗੇ, ਬੜੇ ਉਹਨੇ ਸੋਲਡ ਆਊਟ ਰਹੇ ਉਹਦੇ ਸ਼ੋਅ ਤੇ। ਉੱਥੇ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ, ਬੜੇ ਪਿਆਰ ਨਾਲ ਲੋਕਾਂ ਨੇ ਦੇਖਿਆ ਤੇ ਰਿਕਾਰਡ ਤੋੜ ਲੋਕ ਉੱਥੇ ਆਏ। ਸੋ ਬੱਬੂ ਮਾਨ, ਬੱਬੂ ਮਾਨ ਓਨਲੀ ਬੱਬੂ ਮਾਨ ਆ।